ਚੌਥਾ ਦਿਨ ਵਾੜੀ ਸੂਈ ਨੂੰ ਇਹ ਬੋਲੇ ਤੇ ਵੇ ਸੁਆ ਦੂਸਰਾ ਤੇ ਸੋਹਣੀ ਬਣ ਗਈ ਏ ਲਿਬਾਸ ਚੰਗਾ ਕੀਤਾ ਸ ਹਸਨ ਸਾਹਿਬ ਇਹਨਾਂ ਖਰੀਦੀ ਏ ਫੈਸਲਾ ਬਾਤ ਪਹਿਲਾਂ ਵਾੜੀ ਏ ਮੋਹ ਚੌਗੀ ਏ ਭਾਈ ਜੀ ਚਾਰ ਦਿਨ ਦੇ ਤੇ ਸੁਆ ਪਹਿਲਾਂ ਸੂਈ ਮਾਸ਼ਾਅੱਲਾ ਜੀ ਲਿਬਾਸ ਵੀ ਨੇ ਚੰਗਾ ਕੀਤਾ ਅੱਲਾਹ ਜ਼ਾਤ ਉਹਨਾਂ ਦੇ ਕਹਿੰਦਾ ਜਾਣਾ ਸਫਰ ਅਸਲਾਮੁ ਅਲੈਕੁਮ ਸਜਣੋ ਤੇ ਬਲੀਓ ਉਮੀਦ ਕਰਨਾ ਕਿ ਸਾਰੇ ਦੋਸਤ ਅਹਬਾਬ ਅੱਲਾਹ ਪਾਕ ਦੇ ਫਜ਼ਲ ਤੇ ਕਰਮ ਦੇ ਨਾਲ ਹੈਰੀਅਤ ਨਾਲ ਹੁੰਦੇ ਅੱਜ ਦਿਨ ਜੀ ਜੁਮਾਤੁਲ ਮੁਬਾਰਕ ਦਾ ਤੇ ਇਸ ਟਾਈਮ ਸਿਆਲਕੋਟ ਦੇ ਨੌਜਵਾਨ ਨਾਮਵਰ ਤੇ ਮਸ਼ਹੂਰ ਵਪਾਰੀ ਰਾਣਾ ਸਫਿਆਨ ਸਾਹਿਬ ਦੇ ਡੇਰੇ ਤੇ ਮੌਜੂਦ ਹਾਂ ਤੇ ਮਾਸ਼ਾਅੱਲਾ ਜੀ ਰਾਣਾ ਇੱਕ ਦਫ਼ਾ ਫਿਰ ਆ ਗਿਆ ਤੇ ਛਾ ਗਿਆ ਦੋਸਤਾਂ ਵਾਸਤੇ ਦੋ ਟਾਪ ਕਲਾਸ ਖੂਬਸੂਰਤ ਆਲਾ ਨਸਲ ਦੀਆਂ ਗਾਵਾਂ ਇਸ ਤੋਂ ਇਲਾਵਾ ਇੱਕ ਪਹਿਲਵਾਨ ਝੋਟੀ ਵੀ ਲੈ ਕੇ ਆਏ ਨੇ ਸਾਰੇ ਜਾਨਵਰਾਂ ਦੀ ਤਸੱਲੀ ਕਰਾਉਂਦੇ ਹਾਂ ਅਤੇ ਇਹਨਾਂ ਦਾ ਜਿਹੜਾ ਪਿਆਰ ਮੁਹੱਬਤ ਵਾਲਾ ਜਾਇਜ਼ ਮੁਨਾਸਬ ਰੇਟ ਹੈ ਉਹ ਵੀ ਮਲੂਮ ਕਰਨੇ ਆ ਅਤੇ ਮਾਸ਼ਾਅੱਲਾ ਜੀ ਅੱਜ ਦੀ ਇਸ ਵੀਡੀਓ 'ਚ 17-18 ਕਿਲੋ ਦੁੱਧ ਵਾਲੀਆਂ ਵੈੜਾਂ ਵੀ ਮੌਜੂਦ ਨੇ ਜੀ ਰਾਣਾ ਸਾਹਿਬ ਅਸਲਾਮੁ ਅਲੈਕੁਮ ਜੀ ਵਾਲੇਕੁਮ ਸਲਾਮ ਭਾਈ ਫਰਾਜ਼ ਸਾਹਿਬ ਕੀ ਹਾਲ ਠੀਕ ਹੋ ਤੁਸੀਂ ਅਸੇ ਠੀਕ ਜੇ ਅੱਲਾਹ ਪਾਕ ਦਾ ਬੜਾ ਸ਼ੁਕਰ ਹੋ ਇਜ਼ਾਦ ਦਾ ਕਰਮ ਹੈ ਰਾਣਾ ਸਾਹਿਬ ਤੁਸੀਂ ਆਪਣਾ ਸੁਣਾਓ ਠੀਕ ਹੋ ਸਭ ਹੈਰੀਅਤ ਅਲਹਮਦੁਲਿਲਾ ਅੱਲਾਹ ਦਾ ਬੜਾ ਅਹਿਸਾਨ ਠੀਕ ਠਾਕ ਦੁਆਵਾਂ ਜੇ ਤੁਸੀਂ ਸੁਣਾਓ ਖੈਰ ਹੈ ਸਭ ਠੀਕ ਹੈ ਜੀ ਅੱਲਾਹ ਜ਼ਾਤ ਦਾ ਬੜਾ ਕਰਮ ਜਾਨਵਰ ਥੋੜ੍ਹੇ ਵੀ ਹੋਣ ਤੇ ਖੜਾਕ ਹੋਈ ਜਾਂਦਾ ਤੁਸੀਂ ਪਿਛਲੀ ਵੀਡੀਓ 'ਚ ਵੀ ਸਾਬਤ ਕੀਤਾ ਅਤੇ ਅੱਜ ਵੀ ਸਾਬਤ ਕੀਤਾ ਯਾਨੀ ਕਿ ਕੰਮ ਚਾਹੇ ਥੋੜ੍ਹਾ ਹੋਏ ਸੋਹਣਾ ਹੋਏ ਚੰਗਾ ਹੋਏ ਤਾਂ ਦਿਲ ਰਾਜ਼ੀ ਹੁੰਦਾ ਆਲਰੇਡੀ ਦੋਸਤ ਜਨਾਬ ਦੇ ਨਾਮ ਤੋਂ ਜਨਾਬ ਦੇ ਕੰਮ ਤੋਂ ਵਾਕਫ ਨੇ ਦੋਸਤਾਂ ਨੂੰ ਫਿਰ ਆਪਣਾ ਤੇ ਡੇਰੇ ਦਾ ਵੀ ਮੁਕੰਮਲ ਤਾਰਫ ਕਰਵਾ ਦਿਓ ਨਾਮ ਰਾਣਾ ਸਫਿਆਨ ਹੈ ਪਿੰਡ ਸਾਨੇਵਾਲੀ ਹੈ ਤਹਿਸੀਲ ਡਸਕਾ ਜ਼ਿਲ੍ਹਾ ਸਿਆਲਕੋਟ ਹੈ ਮੋਤਰਾ ਬਡਿਆਣਾ ਰੋਡ ਹੈ ਮੋਤਰੇ ਤੋਂ ਤਕਰੀਬਨ ਕੋਈ 8 ਕਿਲੋਮੀਟਰ ਬਡਿਆਣਾ ਤੋਂ ਕੋਈ 10 ਕਿਲੋਮੀਟਰ ਹੈ ਸਿਆਲਕੋਟ ਤਰਫ ਤੋਂ ਆਈ ਇਮਰਾਬਾਦ ਸਬਦ ਮੰਡੀ ਤੋਂ ਕੋਈ 5-6 ਕਿਲੋਮੀਟਰ ਪਿੰਡ ਸਾਨੇਵਾਲੀ ਜੀ ਅਤੇ ਬਾਕੀ ਭਾਈ ਫਰਾਜ਼ ਸਾਹਿਬ ਮਾਲ ਮਾਸ਼ਾਅੱਲਾ ਪੂਰਾ ਹਫ਼ਤਾ ਹੀ ਆਉਂਦਾ ਹੈ ਅਤੇ ਪੂਰਾ ਹਫ਼ਤਾ ਸੇਲ ਹੁੰਦਾ ਰਹਿੰਦਾ ਨਾਲ ਨਾਲ ਹੀ ਪਿਛਲੇ ਦਫ਼ਾ ਵੀਡੀਓ ਲੱਗੀ ਹੈ ਤਾਂ ਮਾਸ਼ਾਅੱਲਾ ਭਰਾਵਾਂ ਨੇ ਲੋਕਾਂ ਮੁਹੱਬਤ ਦਾ ਸ਼ੁਕਰੀਆ ਹੈ ਕਿ ਪੂਰਾ ਦਿਨ ਕਿ ਪੂਰਾ 2 ਘੰਟੇ ਵੀ ਨਹੀਂ ਗੁਜ਼ਰੇ ਅਲਹਮਦੁਲਿਲਾ 2 ਜਾਨਵਰ ਸੇਲ ਹੋ ਗਿਆ ਨੇ ਟੋਕਨ ਬਿਆਨਾ ਹੋ ਗਿਆ ਭਰਾਵਾਂ ਦਾ ਮਾਸ਼ਾਅੱਲਾ ਉਸ ਤੋਂ ਬਾਅਦ ਜਾਨਵਰ ਮਾਸ਼ਾਅੱਲਾ 2 ਮਜ਼ੀਦ ਆਏ ਨੇ ਉਹ ਵੀ ਸੇਲ ਹੋ ਗਏ ਬਾਕੀ ਇਹ ਜਾਨਵਰ ਕੱਲ੍ਹ ਆਏ ਨੇ ਮਾਸ਼ਾਅੱਲਾ ਠੀਕ ਹੈ ਸੋਰੀ ਪਰਸੋਂ ਆਏ ਨੇ ਜਾਨਵਰ ਅਤੇ ਇਹਨਾਂ ਦੀ ਭਰਾਵਾਂ ਦੇ ਨਾਲ ਗੱਲਬਾਤ ਚੱਲਦੀ ਚਲਾਉਂਦੀ ਪਈ ਹੈ ਅਤੇ ਵੀਡੀਓ ਵਾਸਤੇ ਸਟਾਪ ਕੀਤਾ ਕਿ ਚਲੋ ਜਦ ਵੀਡੀਓ ਬਣ ਜੇ ਅਤੇ ਬਾਕੀ ਇਨਸ਼ਾਅੱਲਾ ਅਲਹਮਦੁਲਿਲਾ ਮਾਲ ਭਰਾ ਖਰੀਦਦੇ ਨੇ ਔਰ ਅੱਲਾਹ ਦੇ ਫਜ਼ਲ ਦੇ ਨਾਲ 2-2.5 ਸਾਲ ਹੋ ਗਏ ਨੇ ਵੀਡੀਓ ਬਣਦੀ ਹੈ ਬਈ ਆਨਲਾਈਨ ਕੰਮ ਕਰਦੇ 4 ਸਾਲ ਹੋ ਗਏ ਨੇ ਅਲਹਮਦੁਲਿਲਾ ਅੱਲਾਹ ਦੇ ਫਜ਼ਲ ਦੇ ਨਾਲ ਨਾ ਤਾਂ ਅੱਜ ਤੱਕ ਕਿਸੇ ਭਰਾ ਦਾ ਗਲਤ ਕਮੈਂਟ ਹੋਏਗਾ ਵੀਡੀਓ ਵਿੱਚ ਔਰ ਨਾ ਹੀ ਕੋਈ ਤੁਹਾਨੂੰ ਅੱਜ ਤੱਕ ਅੱਲਾਹ ਦੇ ਹੁਕਮ ਨਾਲ ਕੰਪਲੇਨ ਹੋਏਗੀ ਕਿ ਯਾਰ ਜੇ ਦੁੱਧ 10 ਕਿਲੋ ਦੱਸਿਆ ਤਾਂ 10 ਕਿਲੋ ਹੋਏਗਾ ਜੇ 15 ਦੱਸਿਆ ਤਾਂ 15 ਕਿਲੋ ਹੋਏਗਾ ਇਹ ਨਹੀਂ ਹੋਏਗਾ ਕਿ ਦੱਸਾਂਗੇ 20 ਕਿਲੋ ਤਾਂ ਹੋਏਗਾ 10 ਕਿਲੋ ਜਾਂ 12 ਕਿਲੋ ਠੀਕ ਹੈ ਅਲਹਮਦੁਲਿਲਾ ਭਰਾ ਤਾਵਨ ਕਰਦੇ ਨੇ ਔਰ ਸਾਡੀ ਵੀ ਕੋਸ਼ਿਸ਼ ਹੁੰਦੀ ਹੈ ਕਿ ਭਰਾਵਾਂ ਨਾਲ ਹੱਕ ਸਾਜ ਤਰ੍ਹਾਂ ਕੰਮ ਕਰੀਏ ਮਾਸ਼ਾਅੱਲਾ ਕਰਾਈਏ ਸ਼ੋਕ ਜੀ ਬਾਕੀ ਇਨਸ਼ਾਅੱਲਾ ਅੱਜ ਵੀ ਗਾਈਆਂ 2 ਨੇ ਵੈੜੀ ਉਹ ਵਾਲੀ ਮਾਸ਼ਾਅੱਲਾ ਸੇਲ ਹੋ ਗਈ ਹੈ ਅੱਛਾ ਉਹ ਸੇਲ ਹੋ ਗਈ ਉਹ ਸੇਲ ਹੋ ਗਈ ਗੱਡੀ ਵੀ ਖਲੋਤੀ ਹੈ ਡਰਾਈਵਰ ਸਾਹਿਬ ਵੀ ਬੈਠੇ ਨੇ ਉਹ ਲੋਡ ਕਰਵਾਉਣੀ ਇਨਸ਼ਾਅੱਲਾ ਇਸ ਗਾਈ ਦਾ ਭਰਾਵਾਂ ਨੂੰ ਸ਼ੋਕ ਵੀ ਕਰਾਉਂਦੇ ਆ ਵੈੜੀ ਜੀ ਜੀ ਇਨਸ਼ਾਅੱਲਾ ਰੇਟ ਵੀ ਮੁਨਾਸਬ ਜਿਹਾ ਦੱਸ ਦਿਆਂ ਇਨਸ਼ਾਅੱਲਾ ਜੀ ਇਸ ਦੇ ਹਿਸਾਬ ਨਾਲ ਦੋਸਤਾਂ ਨੇ ਰੇਟ ਵੇਖਣੇ ਜਾਨਵਰ 3 ਨੇ 3 ਨਸਲੀ ਨੇ ਇੱਕ ਤੇ ਸੇਲ ਹੋ ਗਈ ਹੈ ਪਿਆਰਾ ਭਾਈ ਇੱਥੇ ਜ਼ਰਾ ਸਿੱਧੀ ਕਰਕੇ ਖਿਲਾੜਨੀ ਤੇ ਦੂਹ ਦਾ ਸ਼ੋਕ ਕਰਾ ਦਿੰਦੇ ਆ ਲੋਏ ਦੋਸਤਾਂ ਚੈੱਕ ਕਰੋ ਕਿੰਨਾ ਸੋਇਆ ਰਾਣਾ ਸਾਹਿਬ ਦਾ ਵੈੜੀ ਦੂਸਰਾ ਸੋਇਆ ਸੂਈ ਹੈ ਤੇ ਇਨਸ਼ਾਅੱਲਾ ਸੋਇਆ ਦੂਸਰਾ ਸੂਈ ਹੈ ਲੇਕਿਨ ਇਹੋ ਜਿਹੜੇ ਕੱਦ ਹੁੰਦੇ ਨੇ ਵੈੜਾਂ ਦੇ ਹਰ ਵੀਡੀਓ 'ਚ ਇਹੋ ਜੀ ਵੈੜ ਸ਼ਾਮਲ ਨਹੀਂ ਹੁੰਦੀ ਹਾਈਟ ਚੰਗੀ ਹੈ ਕਾਦਾ ਵਰੇ ਲਾਮੀ ਦੋਸਤਾਂ ਵੇਖਣੀ ਹੈ ਕਾਲੇ ਥਣ ਲੱਗੇ ਨੇ ਥਣਾਂ ਦੀ ਵੰਡ ਅੱਛੀ ਹੈ ਪਾਵਰਫੁਲ ਥਣ ਨੇ ਮਾਸ਼ਾਅੱਲਾ ਜੀ ਮੱਝਾਂ ਵਾਲੇ ਇੱਕ ਭਾਈ ਇੱਕ ਦਿਨ ਕਹਿੰਦੇ ਹਾਂ ਕਿ ਪਾਵਰਫੁਲ ਥਣ ਕੀ ਹੁੰਦੇ ਨੇ ਰਾਣਾ ਸਾਹਿਬ ਤੁਸੀਂ ਦੱਸਣਾ ਅੱਜ ਭਾਈ ਫਰਾਜ਼ ਸਾਹਿਬ ਪਾਵਰਫੁਲ ਥਣ ਉਹ ਹੁੰਦਾ ਕਿ ਜਿਹੜਾ ਗਾਈ ਦਾ ਥਣ ਤੁਸੀਂ ਸੋਨਾ ਫੜ ਕੇ ਚੋ ਸਕੋ ਚੋ ਸਕੋ ਕੁਝ ਗਾਈਆਂ ਦੇ ਥਣ ਹੁੰਦੇ ਨੇ ਬਿਲਕੁਲ ਛੋਟੇ ਛੋਟੇ ਠੀਕ ਹੈ ਵੇਖੋ ਨਾ ਮਾਸ਼ਾਅੱਲਾ
ਤੁਸੀਂ ਚੋ ਸਕਦੇ ਹੋ, ਯਾਨੀ ਕਿ ਚਵਾਈ ਚ ਆਸਾਨੀ ਹੋਏਗੀ। ਇਹ ਨਹੀਂ ਕਿ ਛੋਟੇ ਛੋਟੇ ਥਾਣ ਹੋਣ ਤੇ ਜਿਹੜਾ ਦੋਸਤ ਚਵਾਈ ਕਰੇ ਤੇ ਉੱਪੜਨੇ ਪਾਈਏ। ਉਸ ਤੋਂ ਬਾਅਦ ਦੂਸਰੀ ਚੀਜ਼ ਭਾਈ ਫਰਾਜ਼ ਸਾਹਿਬ ਐ ਚੈੱਕ ਕਰੋ, ਲੋ ਇਹ ਦੋਸਤੋ ਆਪੀ ਤੇ ਜਿਹੜੀ ਹੈ ਵੇ ਅਨਮੋਲ ਹੈ, ਮਾਸ਼ਾਅੱਲਾ ਇਹ ਉਹਦੇ ਨਾਲ ਵੀ ਅਨਮੋਲ ਹੈ। ਮਾਸ਼ਾਅੱਲਾ ਜੀ, ਨਾੜੂ ਸਾਹਮਣੇ ਨਜ਼ਰ ਆ ਰਿਹਾ ਬੱਚੀ, ਇਹ ਪਿੰਕ ਨੋਜ਼ ਪ੍ਰਿੰਟ ਦੋਸਤਾਂ ਵੇਖ ਲੈਣਾ। ਇਹ ਹੁੰਦੀ ਹੈ ਜੀ ਸੈਕਸ ਡੋਜ਼ ਦੀ, ਸੈਕਸ ਸਿਮਨ ਦੀ, ਚਿਹਰੇ ਦੀ ਖੂਬਸੂਰਤੀ ਵੀ ਦੋਸਤਾਂ ਚੈੱਕ ਕਰਨੀ ਹੈ। ਨਾੜੂ ਵੀ ਦੋਸਤਾਂ ਵੇਖ ਲੈਣਾ, ਆਪੀ ਵੀ ਟਾਪ ਕਲਾਸ, ਜਿਹੜੀ ਚੀਜ਼ ਪਿੱਛੇ ਵੇ ਉਹ ਵੀ ਟਾਪ ਕਲਾਸ ਖਿਲਾ ਰਿਹਾ ਬਾਈ ਜਾਨ। ਇਹ ਵੀ ਝੁੰਗੀ ਹੈ, ਕੰਨ ਛੋਟੇ ਨੇ, ਅੱਖ ਮੋਟੀ ਹੈ, ਕੱਦ ਚੰਗਾ ਮਾਸ਼ਾਅੱਲਾ ਜੀ, ਕਾਲੇ ਥਣ ਲੱਗੇ ਨੇ ਟੋਰੇ ਬਾਈ ਜਾਨ ਨੂੰ ਜੀ। ਰਾਣਾ ਸਾਹਿਬ ਸੁਬਾ ਕਿਨਵਾਂ ਸੂਈ ਹੈ ਤੇ ਕਿਦਾਂ ਦੀ ਸੂਈ ਹੈ ਭਾਈ ਫਰਾਜ਼ ਸਾਹਿਬ? ਅੱਜ ਚੌਥਾ ਦਿਨ ਵੈੜੀ ਸੂਈ ਨੂੰ ਇਹ ਬੋਲੇ ਤੇ ਵੇ ਸੁਬਾ ਦੂਸਰਾ ਤੇ ਸੋਹਣੀ ਬਣ ਗਈ ਹੈ, ਲਿਬਾਸ ਚੰਗਾ ਕੀਤਾ, ਸੋਹਣੀ ਪੰਡ ਪਾਈ ਮਾਸ਼ਾਅੱਲਾ। ਰਾਣਾ ਸਾਹਿਬ ਕਿੰਨਾ ਕੁ ਬੋਲਿਆ ਦੇ ਕੋਲ ਭਾਈ ਫਰਾਜ਼ ਸਾਹਿਬ? ਵੈੜੀ ਕੋ ਅਗਰ ਗਰਮ ਬੋਲਾ ਚਾਹੀਏ ਤਾਂ 20 ਕਿਲੋ ਹੋਏਗਾ, ਠੀਕ ਹੈ, ਲੇਕਿਨ ਠੰਡਾ ਕਰਕੇ 18 ਕਿਲੋ ਵੈੜੀ ਕੋ ਖੁੱਲਾ ਡੁੱਲਾ ਬੋਲਾ ਹੋਏਗਾ ਮਾਸ਼ਾਅੱਲਾ। ਠੀਕ ਹੈ, ਠੰਡਾ ਕਰਕੇ ਸ਼ਰਾਫਤ ਵੀ ਦੋਸਤਾਂ 18 ਕਿਲੋ ਮਾਸ਼ਾਅੱਲਾ। ਠੀਕ ਹੈ, ਠੰਡਾ ਕਰਕੇ ਦੋਵਾਂ ਟਾਈਮਾਂ ਦਾ ਟੋਟਲ ਬੱਚੇ ਸਮੇਤ 18 ਕਿਲੋ ਜੀ, ਬੱਚੇ ਸਮੇਤ 18 ਕਿਲੋ। ਠੀਕ ਹੈ ਦੋਸਤਾਂ ਵੇਖ ਲੈਣਾ ਮੌਸਮ ਤੇ ਬਾਜ਼ਾਰ ਤੇ ਬਾਹਰ ਰੇਟ ਨੇ ਨਾ, ਵੈੜਾ ਰੇਟ ਤੇ 390,000 380,000 ਲਾ ਲਈਏ ਤੇ ਕੋਈ ਟੈਨਸ਼ਨ ਵਾਲੀ ਗੱਲ ਨੀ, ਠੀਕ ਹੈ। ਲੇਕਿਨ ਨਸਲ ਜ਼ਾਤ ਚੀਜ਼ ਭਰਾਵਾਂ ਦੇ ਸਾਹਮਣੇ ਵੇ ਤੇ ਰੇਟ ਸੁਣ ਕੇ ਭਰਾਵਾਂ ਨੇ ਆਪ ਕਹਿਣਾ ਕਿ ਵਾਕਈ ਰੇਟ ਖੜਾ ਕਰ ਲੈ, 3,00,000 ਦੇ ਦਿਆਂਗੇ। ਸਵਾ 3,00,000 ਦੁੱਧ 10 ਕਿਲੋ ਚੋਲੀਆਂ ਨੇ ਵਾੜੀ ਕੋਲੋਂ ਤੇ ਬਾਕੀ ਮੱਛੀ ਨੂੰ ਪਿਆ ਹੜੀਏ 1,00,000 ਰੁਪਏ ਦੀ ਮੱਛੀ ਬਣ ਜਾਂਦੀ 6 ਮਹੀਨੇ ਬਾਅਦ, ਠੀਕ ਹੈ। ਤੇ ਜਿੰਨੇ ਬਾਕੀ ਗਾਂ ਕਿੰਨੇ ਦੀ ਬਾਜਦੀ ਹੈ ਪਿੱਛੇ ਉਹਦੇ ਨਾਲ ਡਬਲ ਦੀ ਮੱਛੀ ਹੈ ਮਾਸ਼ਾਅੱਲਾ, 2,00,000 ਤੋਂ ਹੀ 6 ਮਹੀਨਾ ਬਾਅਦ ਜ਼ਿਆਦਾ ਹੋਈ ਹੈ, ਜ਼ਿਆਦਾ ਹੋ ਜਾਂਦੀ ਹੈ, ਠੀਕ ਹੈ। ਤੇ ਬਾਕੀ ਅਸੀਂ ਅੱਜ ਕਹੀਏ ਸਾਨੂੰ ਕੋਈ ਦੇਖ ਰਿਹਾ ਤੇ ਅਸੀਂ ਕੀ ਕਰਨੀ, ਬਾਕੀ ਜਿਸ ਭਰਾ ਨੇ ਖੜੀਆਂ ਲਾਉਦੇ ਨਸੀਬ ਕਰੇ, ਠੀਕ ਹੈ। ਉਹ ਜਿਹੜੀ ਹੁਣ ਦੋਸਤ ਚੈੱਕ ਕਰੋ ਮਾਸ਼ਾਅੱਲਾ, ਉਹ ਆਂਡੇ ਚੈੱਕ ਕਰਾਨੇ ਆ, ਠੀਕ ਹੈ। ਮਾਸ਼ਾਅੱਲਾ ਹਾਈਟ ਵੈਰ ਦੀ ਚੈੱਕ ਕਰੋ ਭਾਈ ਫਰਾਜ਼, 3,00,000 ਤੇ 25,000 ਮਾਸ਼ਾਅੱਲਾ, 25,000, ਠੀਕ ਹੈ ਜੀ। ਅੱਗੇ ਆ ਗਈ ਹੈ ਜੀ ਗੱਬਨ ਹੈ ਜੀ, ਝੋਟੀ ਝੋਟੀ ਗੱਬਨ ਹੈ ਭਾਈ ਫਰਾਜ਼, ਠੀਕ ਹੈ। ਕਿੰਨਵਾਂ ਸੁਭਾ ਨੇ ਸੁਣਿਆ ਇਹਨੇ ਭਾਈ ਫਰਾਜ਼ ਸਾਹਿਬ? ਤੀਸਰਾ ਸੁਭਾ ਸੁਣਾ ਹੁਣ, ਮਾਝੀ ਕਹਿ ਲਓ, ਫਿਰ ਮਾਝੀ ਕਹਿ ਲਓ, ਝੋਟੀ ਕਹਿ ਲਓ, ਕੋਈ ਪ੍ਰੋਬਲਮ ਨਹੀਂ, ਠੀਕ ਹੈ। ਅਸੀਂ ਤੁਹਾਨੂੰ ਅੱਗੇ ਦੂਜਾ ਤੇ ਦੂਜਾ ਵੀ ਪਛਦਾ, ਲੇਕਿਨ ਸਾਡੇ ਘਰ ਦੀ ਹੈ, ਆਹ ਪਹਿਲਾ ਸੁਭਾ ਆਪਣੇ ਘਰ ਤਸੱਲਾ ਚੁਗਿਆ ਦਾ। ਲੋਏ ਦੋਸਤੋ, ਸੁਭਾ ਨੇ ਤੀਸਰਾ ਸੁਣਿਆ, ਚੰਗੀ ਪਹਿਲਵਾਨ ਚੀਜ਼, ਪੁੱਠਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਵੱਡੀ ਜਸਾਮਤ ਹੈ। ਰਾਣਾ ਸਾਹਿਬ ਪਿਛਲੇ ਸੁਭੇ ਕਿੰਨਾ ਕੁ ਕਰਦੀ ਰਹੀ ਹੈ, ਖਿਲਾਰੇ ਬਾਈ ਜਨ ਜ਼ਰਾ ਸਲੋ ਕਰੇ ਭਾਈ ਫਰਾਜ਼ ਸਾਹਿਬ। ਜੁਮਾ ਹੋਣ ਡਿਆ, ਝੂਠ ਬੋਲਣ ਦੀ ਲੋੜ ਕੋਈ ਨਹੀਂ, ਰੋਜ਼ਾ ਰੱਖਿਆ ਮੈਂ, ਠੀਕ ਹੈ। ਪਿਛਲੇ ਸੁਭੇ 18 ਕਿਲੋ ਦੁੱਧ ਅਸੀਂ ਚੁੰਦੇ ਰਹੇ, ਪਿਛਲਾ ਯਾਨੀ ਕਿ ਦੂਸਰੇ ਸੁਭੇ 17-18 ਲੀਟਰ ਤੇ ਮਾਸ਼ਾਅੱਲਾ ਜੀ ਨਜ਼ਾਰਾ ਦੋਸਤਾਂ ਕਰ ਲੈਣਾ, ਚੀਜ਼ ਚੰਗੀ ਹੈ ਭਾਈ ਅਬਦੁੱਲ ਰਹਿਮਾਨ ਸਾਹਿਬ, ਇੱਕ ਦਫਾ ਫਿਰ ਉਹਨਾਂ ਨੂੰ ਟੋਰਨੀ ਹੈ। ਲੋਏ ਦੋਸਤੋ, ਪੁੱਠਾ ਵੀ ਚੈੱਕ ਕਰਨਾ, ਲਿਬਾਸ ਵੀ ਵੇਖ ਲੈਣਾ, ਸੁਬਾ ਤੀਸਰਾ ਸੋਣਾ, ਲਾਮ ਵੀ ਚੈੱਕ ਕਰਨੀ ਹੈ, ਥਣਾ ਦੀ ਵੰਡ ਵੀ ਦੋਸਤਾਂ ਚੈੱਕ ਕਰਨੇ ਆ। ਅੱਲਾ ਦੇ ਹੁਕਮ ਦੇ ਨਾਲ 4-5 ਆਰਾਮ ਨਾਲ ਕੱਢੇਗੀ,
ਤਿਆਰੀ ਹੈ ਤਕਰੀਬਨ 4 ਦਿਨ ਲੀਲੇ, 5 ਦਿਨ ਲੀਲੇ, 3 ਦਿਨ ਲੀਲੇ। ਮਾਸ਼ਾਅੱਲਾ ਜੀ ਦੋਸਤਾਂ ਦੇ ਸਾਹਮਣੇ ਮੈਂ ਸੁਬਾ ਤੀਸਰਾ ਸੋਣਾ, ਪਿਛਲੇ ਸੂਬੇ ਦਾ ਰਿਕਾਰਡ ਚੰਗਾ, ਪੁੱਠਾ ਵੀ ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ। ਲਿਬਾਸ ਫਿਰ ਚੈੱਕ ਕਰਾ ਦਿੰਦੇ ਆ ਤੇ ਭਾਈ ਇਹਦਾ ਚਿਹਰਾ ਵੀ ਸਾਹਮਣੇ ਕਰੇ, ਲੋਏ ਦੋਸਤੋ ਮਾਸ਼ਾਅੱਲਾ ਜੀ, ਸਾਹਮਣੀ ਸਾਈਡ ਤੋਂ ਦੋਸਤਾਂ ਨਜ਼ਾਰਾ ਕਰ ਲੈਣਾ, ਪੁੱਠਾ ਵੀ ਦੋਸਤਾਂ ਵੇਖਣਾ ਮਾਸ਼ਾਅੱਲਾ ਜੀ, ਸਕੂਨ ਨਾਲ ਭਾਈ ਪਿਆਰ ਨਾਲ, ਠੀਕ ਹੈ ਜੀ। ਲੋਏ ਦੋਸਤੋ ਚੈੱਕ ਕਰੋ ਮਾਸ਼ਾਅੱਲਾ, ਇੱਕ ਹੀ ਮੱਝ ਜੇ ਦੋ ਗਾਵਾਂ ਸਨ ਉਹਦਾ ਚੈੱਕ ਸੇਲ ਹੋ ਗਈ ਹੈ, ਸਾਨੂੰ ਵੀ ਦੋਸਤਾਂ ਚੈੱਕ ਕਰ ਲੈਣੇ ਜੀ। ਰਾਣਾ ਸਾਹਿਬ ਜੀ ਭਾਈ ਭਾਈ ਪਿਆਰ ਨਾਲ ਪਿਆਰ ਨਾਲ, ਲੋ ਦੋਸਤੋ ਚਿਹਰਾ ਵੀ ਚੈੱਕ ਕਰਾ ਦਿੰਦੇ ਹਾਂ ਮਾਸ਼ਾਅੱਲਾ ਜੀ। ਕੋਲੀ ਤੇ ਧੁੰਨੀ ਵੇਖ ਲੈਣੀ, ਧੁੰਨੀ ਛੋਟੀ ਹੈ, ਜਸਾਮਤ ਕਿੱਡੀ ਹੈ, ਇਹ ਚੈੱਕ ਕਰੋ ਜੀ। ਧੁੰਨੀ ਵੀ ਦੋਸਤਾਂ ਵੇਖਣੀ, ਥਾਣਾ ਦੀ ਵੰਡ ਵੀ ਚੈੱਕ ਕਰਨੀ ਮਾਸ਼ਾਅੱਲਾ ਜੀ, ਸੋਹਣੀ ਵੰਡ ਤੇ ਸਾਨੂੰ ਲੱਗੇ ਨੇ, ਚਿਹਰਾ ਵੀ ਦੋਸਤਾਂ ਚੈੱਕ ਕਰਾ ਦਿੰਦੇ ਹਾਂ ਜੀ। ਰਾਣਾ ਸਾਹਿਬ ਕੀ ਡਿਮਾਂਡ ਹੈ ਜੀ ਇਹਦੀ? ਭਾਈ ਫਰਾਜ਼ ਸਾਹਿਬ ਡਿਮਾਂਡ ਤੋਂ ਪਹਿਲਾਂ ਨਾ ਵੇਖੋ ਇੱਕ ਚੀਜ਼ ਹੈ ਕਿ ਅਸੀਂ ਭਰਾਵਾਂ ਦੇ ਰਿਕਾਰਡ ਦੱਸ ਰਹੇ ਹਾਂ, ਜਾਨਵਰ ਦਾ ਰਿਕਾਰਡ ਹੁੰਦਾ ਸੂਬੇ ਦਾ ਸੂਬੇ, ਇੱਕ ਸੂਬੇ 20 ਤੇ ਇੰਡੀਆ ਰਸੂਰਾਂ 10 ਵੀ ਨਹੀਂ ਦੇਣਾ ਹੈਗਾ, ਠੀਕ ਹੈ। ਅਤੇ ਬਾਕੀ ਕੁਛ ਭਰਾਵਾਂ ਦੇ ਜਿਹਦਾ ਪਹਿਲਾਂ ਦਾ ਰਿਕਾਰਡ 25 ਕਿਲੋ, ਇਹਦਾ 30 ਕਿਲੋ, ਇਹਦਾ 20 ਕਿਲੋ ਹੈ। ਵੇਖੋ ਜਿਸ ਬੰਦੇ ਕੋਲ 20-25 ਕਿਲੋ ਵਾਲੀ ਮੱਝ ਹੁੰਦੀ ਹੈ ਨਾ, ਉਹ ਬੜਾ ਮਜਬੂਰ ਹੋਇਆ ਤਾਂ ਮੱਝ ਨਹੀਂ ਵੇਚਦਾ, ਸਿੱਧੀ ਸਾਫ ਜਿਹੀ ਸਟੇਟ ਫਾਰਵਰਡ ਕਰ ਦੇ। ਮਾਲ ਵੇਚਣ ਵਾਸਤੇ ਝੂਠ ਬੋਲਣ ਦਾ ਕੋਈ ਫਾਇਦਾ ਨਹੀਂ ਹੁੰਦਾ ਅਤੇ ਕੋਈ ਮਕਸਦ ਨਹੀਂ ਹੁੰਦਾ ਭਾਈ। ਅਤੇ ਜਿਸ ਭਰਾ ਨੂੰ ਪਸੰਦ ਹੋਏ ਮੁਨਾਸਬ ਅਤੇ ਮਕੂਲ ਜੀ ਗੱਲ ਹੈ, ਮੱਝ ਸਾਡੀ 6 ਲੱਖ ਰੁਪਈਏ ਦੀ, ਜਿਸ ਭਰਾ ਨੂੰ ਪਸੰਦ ਹੋਏ 5 ਲੱਖ ਅਤੇ 20 ਹਜ਼ਾਰ ਦੀ ਮੱਝ ਦੇ ਦਿੰਦੇ। 5 ਲੱਖ ਅਤੇ 20 ਹਜ਼ਾਰ ਸੁਬਾਹ ਤੀਸਰਾ ਸੋਨਾ ਕੀਮਤ ਅਤੇ ਡਿਮਾਂਡ 5 ਲੱਖ 18 ਕਿਲੋ ਜੁਮਾ ਹੁੰਦਿਆ ਹਲਫਨ ਮਈ ਕਦੋਂ ਚੁੰਦੇ ਰਹੇ ਆ ਭਾਈ ਫਰਾਜ਼ ਸਾਹਿਬ, ਠੀਕ ਹੈ ਜੀ। ਲੋਏ ਦੋਸਤ ਬਾਕੀ ਅੱਲਾ ਖੈਰ ਰੱਖੇ ਇਨਸ਼ਾ ਅੱਲਾ, ਦੋਸਤਾਂ ਵੇਖ ਲੈਣਾ ਮਾਸ਼ਾਅੱਲਾ ਜੀ, ਕੰਡ ਵੀ ਚੈੱਕ ਕਰਾ ਦਿੰਦੇ ਆ, ਕੀਮਤ ਡਿਮਾਂਡ 5 ਲੱਖ ਤੇ 20 ਹਜ਼ਾਰ 5 ਲੱਖ ਤੇ 20 ਹਜ਼ਾਰ, ਠੀਕ ਹੈ। ਇਹ ਸੇਲ ਹੋ ਗਈ ਮਾਸ਼ਾਅੱਲਾ ਜੀ, ਚੀਜ਼ ਦਾ ਵੀ ਚੰਗੀ ਸੀ, ਰਾਣਾ ਸਾਹਿਬ ਮਿਹਨਤ ਕਰਕੇ 6 ਜਾਨਵਰ ਲੈ ਕੇ ਆਉਂਦੇ ਨੇ ਪੇ, ਐਡਜਸਟ ਦੋਸਤਾਂ ਨੂੰ ਸ਼ੋਕ ਕਰਾ ਦਿੰਦੇ ਆ। ਰਾਣਾ ਸਾਹਿਬ ਵੈੜੀਆਂ ਮਾਸ਼ਾਅੱਲਾ ਹਫਤੇ 6-7 ਸੇਲ ਕੀਤੀਆਂ ਨੇ, ਇਹ ਕਿੱਥੇ ਸੇਲ ਕੀਤੀ ਹੈ? ਇਹ ਫੈਸਲਾਬਾਦ ਜਾਣੀ ਹੈ ਭਾਈ। ਕੀ ਨਾਮ ਹੈ ਭਾਈ ਇਹਨਾਂ ਦਾ? ਚੰਗਾ ਕੀਤਾ ਸਫ਼ਰ ਕਰਨਾ ਹੈ, ਮੌਸਮ ਹੋ ਜਾ ਉੱਤੇ ਬਣਿਆ ਦਾ ਜੀ ਜੀ, ਠੀਕ ਹੈ। ਤੇ ਮਾਸ਼ਾਅੱਲਾ ਇਹਦੇ ਪਿੱਛੇ ਜਿਹੜਾ ਬੱਚਾ ਭਾਈ ਫਰਾਜ਼ ਸਾਹਿਬ ਉਹ ਵੀ ਚੈੱਕ ਕਰੋ, ਉਹ ਵੀ ਦੋਸਤ ਚੈੱਕ ਕਰਾ ਦਿਓ, ਉਹ ਸੈਕਸੇਮਾ ਦਾ ਬੱਚਾ ਮਾਸ਼ਾਅੱਲਾ। ਅੱਲਾਹ ਤਾਲਾ ਉਹਨਾਂ ਦੇ ਨਸੀਬ ਕਰੇ ਭਾਈ ਫਰਾਜ਼ ਸਾਹਿਬ ਜੀ। ਰਾਣਾ ਸਾਹਿਬ ਮਜ਼ੀਦ ਕੋਈ ਦੋਸਤਾਂ ਵਾਸਤੇ ਪੇਗਾਮ? ਸਾਰੇ ਭਰਾਵਾਂ ਦੀ ਮੁਹੱਬਤ ਦਾ, ਪਿਆਰ ਦਾ, ਚਾਹਤ ਦਾ ਬਹੁਤ ਸ਼ੁਕਰੀਆ ਭਾਈ ਜੀ, ਬੜਾ ਤਾਵਨ ਕਰਦੇ ਨੇ ਔਰ ਅਲਹਮਦੁਲਿਲਾ ਪੂਰਾ ਹਫ਼ਤਾ ਭਰਾ ਰਾਬਤੇ ਵਿੱਚ ਰਹਿੰਦੇ ਨੇ, ਠੀਕ ਹੈ। ਪਿਛਲੇ ਦਫ਼ਾ ਜਾਨਵਰ ਗਏ ਨੇ, ਇੱਕ ਜਾਨਵਰ ਮਾਸ਼ਾਅੱਲਾ ਖਾਰੀਆਂ ਗਿਆ ਸੀ, ਠੀਕ ਹੈ। ਦੂਸਰਾ ਜਾਨਵਰ ਇੱਕ ਗੁਜਰਾਂ ਵਾਲੇ ਗਿਆ ਹੈ, ਇੱਕ ਜਾਨਵਰ ਫਲੋਰੇ ਸਾਈਡ 'ਤੇ ਗਿਆ ਹੈ ਮਾਸ਼ਾਅੱਲਾ, ਠੀਕ ਹੈ। ਅਤੇ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ, ਪਾਕਿਸਤਾਨ ਜ਼ਿੰਦਾਬਾਦ। ਜ਼ਿੰਦਾਬਾਦ ਜੀ ਰਾਣਾ ਸਾਹਿਬ, ਬਹੁਤ ਸ਼ੁਕਰੀਆ, ਜਜ਼ਾਕੱਲਾ। ਸ਼ੌਕ ਅੱਛਾ ਕਰਿਆ, ਉਮੀਦ ਕਰਨਾ ਦੋਸਤਾਂ ਨੂੰ ਵੀਡੀਓ ਪਸੰਦ ਆਈ ਹੋਏਗੀ। ਦੋਸਤਾਂ ਕੇ ਗੁਜ਼ਾਰਿਸ਼ ਹੈ ਜ਼ਿਆਦਾ ਨਹੀਂ ਤਾਂ ਵੀਡੀਓ ਨੂੰ ਕਮੈਂਟ ਕਰਨਾ। ਫਰਾਜ਼ ਸਾਹਿਬ ਉਹ ਵੈੜੀ ਵੀ ਭਰਾਵਾਂ ਨੂੰ ਬੜੀ ਚਾਹਤ ਨਾਲ ਦਿੱਤੀ ਹੈ, ਠੀਕ ਹੈ। 3 ਲੱਖ ਅਤੇ 45 ਹਜ਼ਾਰ ਦੀ ਵੈੜੀ ਦਿੱਤੀ ਉਹ ਵਾਲੀ, ਮਾਸ਼ਾਅੱਲਾ। 3 ਲੱਖ ਅਤੇ 45 ਹਜ਼ਾਰ ਜੀ, ਮੇਰੇ ਕਿਸੇ ਭਰਾ ਕੋਲ 4-3 ਏਕੜ ਪਿਆ ਨਹੀਂ ਕਿਸੇ ਵੈੜੀ ਦੇਣੀ ਜੀ। ਬਿਹਤਰ ਹੋ ਗਿਆ ਜੀ। ਜੀ ਰਾਣਾ ਸਾਹਿਬ ਬਹੁਤ ਸ਼ੁਕਰੀਆ ਜੀ, ਇਜਾਜ਼ਤ ਚਾਹੁੰਦੇ ਹਾਂ, ਅੱਲਾਹ ਹਾਫਿਜ਼।